ਅਸੀਂ ਪਹੁੰਚੇ ਹੋਏ ਹਾਂ ਵਿਧਾਨ ਸਭਾ ਹਲਕਾ ਜੀਰਾ ਦੇ ਬਲਾਕ ਮੱਲਾਂਵਾਲਾ ਦੇ ਪਿੰਡ ਹਮਦਵਾਲਾ ਹਿਥਾੜ ਦੇ ਵਿੱਚ। ਇੱਥੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਇੱਥੇ ਇੱਕ ਬਹੁਤ ਬੁਰੀ ਘਟਨਾ ਵਾਪਰ ਰਹੀ ਆ ਪਿੰਡ ਦੇ ਵਿੱਚ। 20-25 ਦਿਨਾਂ ਦੇ ਵਿੱਚ ਕਾਫੀ ਪਿੰਡ ਦੇ ਜਿਹੜੇ ਪਾਲਤੂ ਡੰਗਰ ਨੇ, ਜਿਹੜੇ ਮੱਝਾਂ ਅਤੇ ਗਾਵਾਂ, ਉਹ 20-25 ਦਿਨਾਂ ਦੇ ਵਿੱਚ 20-25 ਡੰਗਰ ਜਿਹੜੇ ਆ ਉਹ ਮਰ ਚੁੱਕੇ ਨੇ ਲਗਾਤਾਰ। ਔਰ ਉਸ ਤੋਂ ਇਲਾਵਾ ਹੋਰ ਕੁੱਤੇ ਵੀ ਪਿੰਡ ਦੇ ਵਿੱਚ ਅਵਾਰਾ ਜਿਹੜੇ ਉਹ ਵੀ ਮਰ ਚੁੱਕੇ ਨੇ। ਇਹਦਾ ਜਿਹੜਾ ਕਾਰਨ ਆ ਉਹ ਹਲਕਾ ਦੱਸਿਆ ਜਾ ਰਿਹਾ ਪਿੰਡ ਵਾਸੀਆਂ ਵੱਲੋਂ। ਅਤੇ ਕੀ ਸਾਰੀ ਇੱਥੇ ਘਟਨਾ ਵਾਪਰੀ ਆ ਪਿੰਡ ਦੇ ਆਪਾਂ ਵਸਨੀਕਾਂ ਕੋਲੋਂ ਵੀ ਸੁਣਦੇ ਹਾਂ। ਹਾਂਜੀ ਆਪੂ ਜੀ, ਕੀ ਇਹ ਜਿਹੜੀ ਘਟਨਾ ਕੀ ਵਾਪਰੀ ਆ ਸਾਰੀ? ਇਹ ਜੀ ਘਟਨਾ ਜੀ ਇਹ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਜਿਹਦੇ ਵਿੱਚ ਮੱਝਾਂ ਗਾਈਆਂ ਉੱਤੇ ਅੱਗੇ ਪਿੰਡ ਨੂੰ ਇਹ ਖਤਰਾ ਪੈਦਾ ਹੋ ਗਿਆ ਕਿ ਕਿਤੇ ਬੱਚਿਆਂ ਨੂੰ ਵੀ ਇਹ ਰੋਗ ਨਾ ਫੈਲ ਜਾਵੇ ਜਾਂ ਸਿਆਣੇ ਬੰਦਿਆਂ ਨੂੰ ਨਾ ਫੈਲ ਜਾਵੇ। ਇੱਥੇ ਡਾਕਟਰ ਸਾਹਿਬ ਆਏ ਸੀ ਦੋ ਤਿੰਨ, ਕੁਛ ਸਾਡੇ ਸਹੂਲਤਾਂ ਦੱਸ ਕੇ ਕਿ ਅਸੀਂ ਆਵਾਂਗੇ ਆ ਕੇ ਕੁਛ ਕਰਾਂਗੇ, ਲੇਕਿਨ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਤੁਸੀਂ ਕਿਸੇ ਦੇ ਕੋਲ ਹੋਰ ਗੁਹਾਰ ਲਾਈ ਹੈ ਜਾਂ ਕੋਈ ਸਰਪੰਚ ਸਾਹਿਬ ਵੱਲੋਂ ਜਾਂ ਕਿਸੇ ਵੱਲੋਂ ਲਾਈ ਗਈ ਗੁਹਾਰ ਪ੍ਰਸ਼ਾਸਨ ਅੱਗੇ ਤੁਹਾਡੇ ਵੱਲੋਂ ਕੋਈ ਕਿ ਨਹੀਂ? ਅਸੀਂ ਜੀ ਉਹ ਜਿਹੜੇ ਅੱਜ ਕੱਲ੍ਹ ਆਪਣੇ ਪਿੰਡਾਂ ਦੇ ਵਿੱਚ ਬਣਾਏ ਨੇ ਫੌਜੀ ਸਾਹਿਬ ਜੀ ਓ ਜੀ ਉਹਨਾਂ ਕੋਲ ਵੀ ਰਿਪੋਰਟ ਕੀਤੀ ਹੋਈ ਹੈ। ਉਹ ਵੀ ਕਹਿੰਦੇ ਸੀ ਵੀ ਅਸੀਂ ਰਿਪੋਰਟ ਤੁਹਾਡੇ ਉੱਤੇ ਪਹੁੰਚਾਵਾਂਗੇ। ਅਤੇ ਕੋਈ ਉਸ ਤੋਂ ਬਾਅਦ ਕੋਈ ਸਪੈਸ਼ਲ ਟੀਮ ਪਿੰਡ ਦੇ ਵਿੱਚ ਕੋਈ ਨਹੀਂ ਪਹੁੰਚੀ? ਉਸ ਤੋਂ ਬਾਅਦ ਕੋਈ ਟੀਮ ਨਹੀਂ ਪਹੁੰਚੀ ਅਜੇ ਤੱਕ। ਹੁਣ ਤੁਸੀਂ ਸੀਨੀਅਰ ਪ੍ਰਸ਼ਾਸਨ ਨੂੰ ਮੀਡੀਆ ਦੇ ਰਾਹੀਂ ਕੀ ਬੇਨਤੀ ਕਰਨੀ ਚਾਹੋ, ਕਿਉਂਕਿ ਜੇਕਰ ਇਹਨੂੰ ਵੇਖੀਏ ਤਾਂ ਮਾਮਲਾ ਬਹੁਤ ਜ਼ਿਆਦਾ ਗੰਭੀਰ ਆ। ਇਸ ਦੇ ਵਧਣ ਦੇ ਕਾਰਨ ਬੱਚੇ ਪਿੰਡ ਦੇ ਵਿੱਚ ਖੇਡਦੇ ਨੇ, ਬੱਚੇ ਵੀ ਪਿੰਡ ਦੇ ਵਿੱਚ ਲਪੇਟ ਆ ਸਕਦੇ ਨੇ। ਕੀ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੋਗੇ? ਅਸੀਂ ਬੇਨਤੀ ਇਹ ਕਰਨਾ ਚਾਹੁੰਦੇ ਹਾਂ ਕਿ ਇਸ ਰੋਗ ਦੇ ਉੱਤੇ ਇਸ ਬਿਮਾਰੀ ਜਿੰਨੀ ਵੀ ਜਲਦੀ ਹੋ ਸਕੇ ਕਾਬੂ ਪਾਇਆ ਜਾਏ ਔਰ ਪਿੰਡ ਦੀ ਸਾਰ ਲਈ ਜਾਏ। ਹਾਂਜੀ ਸਾਡੇ ਡੰਗਰ ਨੂੰ ਵੀ ਪ੍ਰੋਬਲਮ ਆਈ ਹੈ। ਸਾਡੇ ਇੱਕ ਬਲਦ ਸੀਗਾ ਜੀ, ਉਹ ਮਰ ਗਿਆ ਸੀ। ਉਦੋਂ ਡਾਕਟਰਾਂ ਦੀ ਟੀਮ ਸੱਦੀ ਸੀ ਅਸੀਂ ਜੀ, ਅਤੇ ਉਹ ਇਹਨੂੰ ਵੀ ਆਉਂਦੇ ਸੀ ਲੁਧਿਆਣੇ ਲੈ ਜਾਓ ਚੈਕਿੰਗ ਵਾਸਤੇ। ਉੱਥੋਂ ਜਦੋਂ ਰਿਪੋਰਟ ਆਈ ਉਹਦੇ 'ਚ ਹਲਕਾਰਾ ਕਾਰਨ ਆਇਆ ਜੀ। ਉਸ ਤੋਂ ਬਾਅਦ ਕੋਈ ਡਾਕਟਰ ਨਹੀਂ ਧਿਆਨ ਕੇ ਵੜਿਆ ਜੀ, ਕੋਈ ਕਿਸੇ ਨੇ ਕੋਈ ਸਾਰ ਨਹੀਂ ਲਈ ਜੀ। ਅਜੇ ਕੱਲ੍ਹ ਪਰਸੋਂ ਸਾਡੇ ਫਿਰ ਇੱਕ ਡੰਗਰ ਮਰ ਗਿਆ ਜੀ ਇਸੇ ਕਾਰਨ ਦੇ ਕਰਕੇ। ਕੋਈ ਡਾਕਟਰ ਸਾਹਿਬ ਕੋਈ ਨਹੀਂ ਆ ਰਹੇ ਜੀ ਇੱਥੇ, ਸਾਡੇ ਗਾਂ ਇਹ ਬਿਮਾਰੀ ਹੋਰ ਵੀ ਫੈਲਣ ਦਾ ਡਰ ਹੈ ਜੀ। ਕਿੰਨੇ ਦਿਨ ਹੋ ਗਏ ਤੁਹਾਡਾ ਜਿਹੜਾ ਇਹ ਡੰਗਰ ਮਰੇ ਨੂੰ? ਇਹਨੂੰ ਕੋਈ 8-10 ਦਿਨ ਹੋ ਗਏ ਜੀ। ਉਸ ਤੋਂ ਪਹਿਲਾਂ ਕੋਈ ਕੁੱਤੇ ਵਗੈਰਾ ਨੇ ਕੱਟਿਆ ਸੀ ਇਹਨੂੰ ਕੋਈ? ਹਾਂਜੀ ਕੁੱਤੇ ਨੇ ਕੱਟਿਆ ਸੀਗਾ ਜੀ, ਕੁੱਤੇ ਅਤੇ ਹਲਕਾ ਸੀਗਾ ਉਹਨੇ ਪਸ਼ੂਆਂ ਨੂੰ ਕੱਟਿਆ ਸੀ, ਅਤੇ ਕੁਛ ਕੁੱਤਿਆਂ ਨੂੰ ਵੀ ਉਹਨੇ ਮਤਲਬ ਕੱਟਿਆ ਸੀ। ਕਈ ਝੋਟੀਆਂ ਵੀ ਮਰ ਗਈਆਂ ਪਿੰਡ ਦੇ ਵਿੱਚ ਜੀ, ਕਈ ਪਸ਼ੂ ਅਜੇ ਵੀ ਬਿਮਾਰ ਪਏ, ਕਈ ਮਰ ਗਏ ਜੀ, ਕਈ ਅੱਜ ਵੀ ਅਜੇ ਪਸ਼ੂ ਮਤਲਬ ਕਿ ਸਾਡੇ ਇੱਥੇ ਮਰੇ ਹੋਏ ਹੈ ਜੀ, ਉਹਨਾਂ ਦੀ ਤੁਹਾਨੂੰ ਦਿਖਾ ਦਾਂਗੇ। ਹਾਲਤ ਗੰਭੀਰ ਹੈ ਬਾਕੀ ਜੀ। ਓਕੇ ਓਕੇ ਬਾਪੂ ਜੀ, ਤੁਹਾਡਾ ਵੀ ਕੋਈ ਡੰਗਰ? ਹਾਂਜੀ ਝੋਟੀ ਮਰੀ ਸਾਡੀ ਕੋਈ ਟੁੱਕੀ ਸੌਣ ਵਾਲੀ 7-8 ਮਹੀਨਿਆਂ ਦੀ। ਅੱਛਾ ਜੀ, ਤੇ ਕੀ ਉਹਦਾ ਕੀ ਕਾਰਨ ਹੋਇਆ, ਕਿਵੇਂ? ਬਣ ਛੱਡੀ ਜੀ। ਅੱਛਾ ਜੀ, ਬਣ ਛੱਡੀ ਤੇ ਲਾਗੇ ਹੀ ਕੋਈ ਵੀ ਜਾਂਦੇ। ਓਕੇ, ਤੇ ਅੜੇ ਗਰੀ ਸੀ, ਪਾਣੀ ਪੀ ਲੈਂਦੀ ਸੀ ਤਾਂ ਅੱਗੋਂ ਫਿਰ ਘੂਰਦੀ ਸੀ, ਅਤੇ ਅਸੀਂ ਲਾਗੇ ਲੱਗੇ। ਕੀ ਤੁਸੀਂ ਪ੍ਰਸ਼ਾਸਨ ਨੂੰ ਬੇਨਤੀ ਕਰੋਗੇ, ਕਿਉਂਕਿ ਜਿਨ੍ਹਾਂ ਦੇ ਡੰਗਰ ਮਰੇ ਉਹਨਾਂ ਦਾ ਨੁਕਸਾਨ ਵੀ ਹੋਇਆ ਵਾ, ਕੀ ਉਹਦੇ ਵਾਸਤੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਗੁਹਾਰ ਲਾਓਗੇ? ਮੈਂ ਤਾਂ ਹੁਣ ਇਹਨਾਂ ਜੀ ਪੜਿਆ ਨੀ ਗਾ ਸਰ। ਕੀ ਪ੍ਰਸ਼ਾਸਨ ਨੂੰ ਜਿਹੜੇ ਆਪਣੇ ਅਫਸਰ ਨੇ ਉਹਨਾਂ ਨੂੰ ਕੀ ਬੇਨਤੀ ਕਰੋਗੇ ਤੁਸੀਂ? ਬੇਨਤੀ ਇਹੋ ਵੀ ਜੀ, ਸਾਡੇ ਕੋਲ ਤਾਂ ਜਿਹੋ ਜਾਇਦਾਦ ਗਰੀਬ ਕੋਲ ਤੇ ਇਹੋ ਸਾਡੀ ਨੁਕਸਾਨ ਹੋ ਗਿਆ, ਕਿ ਤੁਹਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਡੰਗਰ ਜਿਹੜੇ ਮਰੇ ਨੇ, ਨੁਕਸਾਨ ਹੋ ਗਿਆ ਤੇ ਹੋਰ ਤਾਂ ਸਾਡੇ ਕੋਲ ਕੋਈ ਜਨਾਬ ਹੈ ਨਹੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਜਿਵੇਂ ਤੁਸੀਂ ਸਾਰੀ ਗੱਲਬਾਤ ਪਿੰਡ ਵਾਸੀਆਂ ਤੋਂ ਸੁਣ ਚੁੱਕੇ ਹੋ, ਜੇਕਰ ਦੇਖਿਆ ਜਾਵੇ ਤਾਂ ਇੱਕ ਬਹੁਤ ਹੀ ਸੀਰੀਅਸ ਮਾਮਲਾ ਵਾ, ਬਹੁਤ ਹੀ ਵੱਡਾ ਇਹ ਮਾਮਲਾ ਵਾ। ਪਰ
ਪ੍ਰਸ਼ਾਸਨ ਵੱਲੋਂ ਬਹੁਤ ਵੱਡੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਵੇਂ ਇੱਕ ਟੀਮ ਛੋਟੀ ਜਿਹੀ ਆਣ ਕੇ ਪਿੰਡ ਦੇ ਵਿੱਚ ਦੇਖ ਕੇ ਵਾਪਸ ਚਲੇ ਗਈ, ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਪਿੰਡ ਦੇ ਵਿੱਚ ਕਾਰਵਾਈ ਜਿਹੜੀ ਉਹ ਨਹੀਂ ਕੀਤੀ, ਜਦੋਂ ਕਿ ਚਾਹੀਦਾ ਇਹ ਸੀ ਕਿ ਇੱਥੇ ਬਹੁਤ ਵੱਡੇ ਪੱਧਰ 'ਤੇ ਆਣ ਕੇ ਸਾਰੇ ਪਿੰਡ ਦੇ ਡੰਗਰਾਂ ਦੇ ਚੈੱਕਅਪ ਕੀਤਾ ਜਾਂਦਾ ਔਰ ਬੱਚੇ ਛੋਟੇ ਜਿਹੜੇ ਉਹਨਾਂ ਦੇ ਚੈੱਕਅਪ ਕੀਤਾ ਜਾਂਦਾ ਅਤੇ ਕੋਈ ਨਾ ਕੋਈ ਪ੍ਰੋਪਰ ਜਿਹੜਾ ਇੱਥੇ ਇਹਦੇ ਨਾਲ ਸਾਰਾ ਕੰਮ ਜਿਹੜਾ ਉਹ ਇਹਨੂੰ ਅਤੇ ਸਾਰੇ ਜਿਹੜਾ ਮਾਮਲਾ ਇਹਨੂੰ ਤਰੀਕੇ ਨਾਲ ਹੱਲ ਕੀਤਾ ਜਾਂਦਾ, ਪਰ ਕੋਈ ਵੀ ਇੱਥੇ ਜਿਹੜਾ ਵਾ ਉਹ ਨਹੀਂ ਪਹੁੰਚਿਆ। ਅਸੀਂ ਪ੍ਰਸ਼ਾਸਨ ਦੀ ਇਸ ਚੀਜ਼ ਵਿੱਚ ਬਹੁਤ ਵੱਡੀ ਅਣਗਹਿਲੀ ਮੰਨਦੇ ਹਾਂ ਅਤੇ ਨਾਲ ਹੀ ਇੱਕ ਪ੍ਰਸ਼ਾਸਨ ਦੇ ਤੱਕਰ ਫਿਰ ਸੀਨੀਅਰ ਪ੍ਰਸ਼ਾਸਨ ਦੇ ਤੱਕਰ ਅਸੀਂ ਆਵਾਜ਼ ਪਹੁੰਚਾਉਣੀ ਚਾਹੁੰਦੇ ਹਾਂ ਕਿ ਜ਼ਰੂਰ ਇਸ ਪਿੰਡ ਦੇ ਵਿੱਚ ਜਲਦੀ ਤੋਂ ਜਲਦੀ ਆ ਕੇ ਇਸ ਮਾਮਲੇ ਦੀ ਜਿਹੜੀ ਸਾਰ ਲਈ ਜਾਵੇ ਤਾਂ ਜੋ ਹੋਰ ਅੱਗੇ ਹੁਣ ਇੱਥੇ ਅੱਗੇ ਜਾਨੀ ਨੁਕਸਾਨ ਤਾਂ ਬਹੁਤ ਹੋ ਚੁੱਕਾ ਵਾ, ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਮਨੁੱਖੀ ਨੁਕਸਾਨ ਵੀ ਕੋਈ ਹੋਵੇ, ਉਸ ਤੋਂ ਪਹਿਲਾਂ ਕੋਈ ਨਾ ਕੋਈ ਪ੍ਰਸ਼ਾਸਨ ਨੂੰ ਆਣ ਕੇ ਇੱਥੇ ਸਾਰ ਲੈਣੀ ਚਾਹੀਦੀ ਆ। ਮਿਲਦੇ ਹਾਂ ਕਿਸੇ ਹੋਰ ਨਿਊਜ਼ ਦੇ ਨਾਲ।